ਇਹ 100 ਫੁੱਟ ਤੇ ਨਿੰਬੂ ਜਾਤੀ ਆ, ਕਿੰਨੂ ਆ ਸਾਰੇ ਤੇ ਇੱਧਰ ਚਕੋਤਰਾ ਤੇ ਮਾਲਟਾ, ਉਹ ਇਹ ਸਾਰੇ ਨਿੰਬੂ ਜਾਤੀ ਠੀਕ। ਇਹ ਤੋਂ ਅੱਗੇ ਇੱਕ ਲਾਈਨ 'ਤੇ ਜਿਹੜੀ ਅਗਲੀ ਹੈ ਉਹਦੇ ਉੱਤੇ ਹੈਗੇ ਆਪਣੇ ਇੱਧਰ ਅੰਬ ਹੈ, ਵਿੱਚ ਦੁੱਖ ਜਾਮਣਾ ਵੀ ਹੈ ਜਿਹਦੀ ਹੋ ਗਈ ਠੀਕ ਹੈ। ਉਹਦੇ ਅੱਗੇ ਹੈਗੇ ਆਪਣੇ ਅੰਬ ਅਤੇ ਉਹ ਨਾਲ ਹੀ ਉਹਦੇ ਵਿੱਚ ਦੁੱਖ ਜਾਮਣਾ ਵੀ ਹੈ, ਬੇਰੀ ਖੜ੍ਹੀ ਹੈ ਇੱਕ। ਇੱਧਰ ਬੱਗੂ ਗੋਸ਼ਾ ਉਸੇ ਲਾਈਨ 'ਤੇ ਨਾ, ਇੱਧਰ ਬੱਗੂ ਗੋਸ਼ਾ ਅਤੇ ਆਲੂ ਬੁਖਾਰਾ। ਉਹ ਤੋਂ ਅੱਗੇ ਫਿਰ 100 ਫੁੱਟ 'ਤੇ ਲਾਈਨ ਹੈ, ਉਹ ਤੋਂ ਇੱਧਰਲੇ ਪਾਸੇ ਅੰਜੀਰ ਲੱਗੀ ਹੋਈ ਹੈ, ਇੱਧਰਲੇ ਪਾਸੇ ਬਦਾਮਾਂ ਦੇ 10 ਕੁ ਬੂਟੇ। ਫਿਰ ਇੱਕ ਉਹ ਬਿੱਲ ਹੁੰਦਾ, ਬਿੱਲ ਪੱਥਰ ਕਹਿ ਦਿੰਦੇ ਉਹਨੂੰ, ਇੰਗਲਿਸ਼ ਕਹਿੰਦੇ BAEL ਠੀਕ ਹੈ ਨਾ। ਉਹਦਾ ਨਹੀਂ ਨਹੀਂ ਉਹਨੂੰ ਬੇਲ ਕਹਿੰਦੇ, ਉਹ ਵੱਡਾ ਸਾਰਾ ਸਖ਼ਤ ਫਰੂਟ ਹੁੰਦਾ, ਬਿੱਲ ਪੱਥਰ ਕਹਿ ਦਿੰਦੇ ਇਸੇ ਕਰਕੇ ਉਹਨੂੰ। ਉਹ ਇੱਕ ਬੂਟਾ, ਫਿਰ ਔਲੇ ਦੇ ਬੂਟੇ ਆ ਠੀਕ ਆ। ਉਹ 'ਤੇ ਫਿਰ 100 ਫੁੱਟ 'ਤੇ ਅੱਗੇ ਲਾਈਨ ਹੈ, ਉਹ ਸਾਰੇ 3 ਤਰ੍ਹਾਂ ਦੇ ਆੜੂ ਦੇ ਬੂਟੇ ਆ। ਇੱਧਰ 5-6 ਕੁ ਬੂਟੇ ਆ ਆਲੂਚਾ ਅਤੇ ਆਲੂ ਬੁਖਾਰੇ ਜੋੜ, ਉਹ ਆਲੂਚਾ ਹੁੰਦਾ ਠੀਕ ਹੈ ਨਾ। ਹੁਣ ਜਿਹੜੇ ਬਾਕੀ ਆ 100-100 ਫੁੱਟ ਬਚ ਗਏ, ਇਹ 100 ਫੁੱਟਾਂ ਦੇ ਵਿੱਚ ਅਸੀਂ ਫਸਲਾਂ ਬੀਜ, ਜਿਵੇਂ ਆਹ 100 ਫੁੱਟ ਆ ਪਹਿਲੇ 'ਚ, ਇਹਦੇ 'ਚ ਵੀ ਗੰਨਾ, ਇੱਧਰ ਵੀ ਗੰਨਾ, ਅਗਲੇ 100 ਫੁੱਟ 'ਚ ਉੱਧਰ ਥੋੜ੍ਹੇ ਜਿਹੇ ਗੰਨਾ ਹੋਰ ਲਾਇਆ ਅਤੇ ਕੁਛ ਸੋਇਆਬੀਨ ਹੈ। ਆਹ ਇੱਥੇ ਹੁਣ ਅਸੀਂ ਮਾਂਹ ਬੀਜਣੇ ਆ, ਇਹ ਸਬਜ਼ੀ ਵਾਸਤੇ ਰੱਖਣਾ, ਇੰਨਾ ਕੁ ਥਾਂ ਨਾ ਇੱਥੇ ਸਬਜ਼ੀਆਂ ਲਾਈ ਦੀਆਂ। ਇਹਦੇ ਵਿੱਚ ਹੁਣ ਮਾਂਹ ਹੁੰਦੇ ਨਾ ਕਾਲੇ ਮਾਂਹ, ਉਹ ਬੀਜਣੇ ਆ। ਇੱਕ ਥੋੜ੍ਹਾ ਜਿਹਾ ਖੱਤਾ ਇੱਥੇ ਵਿਚਾਲੇ ਪਿਆ, ਉਹ ਉੱਥੇ ਵੀ ਮਾਂਹ ਬੀਜਣੇ, ਉੱਥੇ ਤਾਂ ਬੀਜਤੇ। ਆਹ ਅੱਗੇ ਖਾਲੀ ਪਿਆ, ਇਹਦੇ 'ਚ ਮੂੰਗੀ ਬੀਜਣੀ ਹੈ, ਮੂੰਗੀ ਦੀ ਦਾਲ ਨਹੀਂ ਹੁੰਦੀ। ਅੱਗੇ ਸਾਰੇ ਮੱਕੀ ਲੱਗੀ ਹੋਈ ਹੈ, ਮੱਕੀ ਬੀਜੀ ਹੋਈ ਹੈ, ਉਹ ਨਾਨਕ ਝਿੜੀ ਕਹਿੰਦੇ ਉਹਨੂੰ। ਇਹਦੇ 'ਚ ਪੁਰਾਣੇ ਦਰਖਤ, ਜੰਡ, ਕਰੀਰ, ਰੇਰੂ, ਟਾਲਾ, ਟਾਲੀ, ਟਾਣਾ, ਮਹਿੰਦੀ ਵੀ ਹੈ, ਹੋਰ ਮਤਲਬ ਪੁਰਾਣੇ ਦਰਖਤ ਬਹੁਤ ਤਰ੍ਹਾਂ ਦੇ ਆ।
ਇਹਦੇ ਵਿੱਚ ਹੈ ਤੇ ਇੱਧਰ ਵੀ ਹੈ। ਇਹਦੇ ਵਿੱਚ ਆਪਣੇ ਸਾਰੇ ਜਾਨਵਰ ਬਹੁਤ ਰਹਿੰਦੇ ਆ, ਮਤਲਬ ਸੱਪ, ਨਿਓਲਾ, ਉੱਲੂ, ਬਿੱਲੀਆਂ, ਚਿੜੀਆਂ, ਜਾਨਵਰ ਤਾਂ ਹੈਗੇ ਹੀ ਆ, ਜਨੌਰ ਬਹੁਤ, ਠੀਕ ਹੈ। ਉਹ ਸਾਰਾ ਕੁਛ ਅਸੀਂ ਇੱਦਾਂ ਕੀਤਾ ਹੋਇਆ। ਉਹ ਝਿੜੀ ਦੇ ਪਰਲੇ ਪਾਸੇ ਵੀ ਆਪਣੀ ਥੋੜ੍ਹੀ ਜਿਹੀ ਥਾਂ ਹੈ, ਉੱਥੇ ਹਲਦੀ ਵੀ ਬੀਜੀ ਹੋਈ ਹੈ ਅਤੇ ਨਾਲ ਰਾਗੀ ਹੁਣ ਬੀਜੀ ਹੋਈ, ਉਹਦੀ ਅੱਜ ਤਿਆਰੀ ਕਰੀ ਜਾਂਦੇ ਹੁਣ। ਬਹੁਤ ਬਹੁਤ ਡਾਈਵਰਸੀਫਿਕੇਸ਼ਨ ਹੈ, ਹਾਂ ਹਾਂ, ਮਤਲਬ ਉਹ ਮੋਨੋਕ੍ਰੋਪ ਨਹੀਂ ਵਾਲਾ ਕੰਮ ਨਹੀਂ ਹੈ, ਹਾਂ, ਕਿਉਂਕਿ ਇੱਥੇ ਸਾਰੇ ਸਾਰਿਆਂ ਦੇ ਝੋਨੇ ਲੱਗਿਆ ਹੋਇਆ। ਤੂੰ ਆਪਣੇ ਦੇਖ ਦਰਖਤ ਹੀ ਕਿੰਨੇ ਆ ਆਪਣੇ ਆਲੇ ਦੁਆਲੇ, ਆਹ ਉਹ ਦੇਖੋ ਦਰਖਤ, ਆਹ ਬੇਰੀਆਂ ਬੂਰੀਆਂ ਲੱਗੀਆਂ, ਇੱਥੇ ਕਰੌਂਦਾ ਲੱਗਿਆ ਹੋਇਆ ਨਾਲ, ਇੱਕ ਛੋਟਾ ਜਿਹਾ ਫਰੂਟ ਹੁੰਦਾ ਬੇਰ, ਜਿਵੇਂ ਛੋਟੇ ਬੇਰ ਹੁੰਦੇ ਆ ਨਾ, ਉਹ ਲਾਲ ਰੰਗ ਦਾ ਹੁੰਦਾ, ਉਹਦਾ ਅਚਾਰ ਵੀ ਪੈ ਜਾਂਦਾ, ਥੋੜ੍ਹਾ ਜਿਹਾ ਪੱਕ ਜੇ ਤਾਂ ਫਰੂਟ ਬਣ ਜਾਂਦਾ, ਖਾਧਾ ਵੀ ਜਾਂਦਾ, ਥੋੜ੍ਹਾ ਜਿਹਾ ਹੋਰ ਪੱਕ ਜੇ ਤਾਂ ਉਹਦਾ ਮੁਰੱਬਾ ਵੀ ਬਣ ਜਾਂਦਾ। ਤੁਸੀਂ ਅੱਗੇ ਵੇਚਦੇ ਹੋ? ਹਾਂ, ਕਰਾਉਂਦਾ ਤਾਂ ਅਸੀਂ ਹਲੇ ਕੋਈ ਖਾਸ ਨਹੀਂ, ਕਦੇ ਬਹੁਤਾ ਨਹੀਂ ਵੇਚਿਆ ਵੁਚਿਆ, ਇੱਥੇ ਖਾ ਖੂ ਲੈਂਦੇ ਆ ਕੁਛ, ਕਦੇ ਐਡਾ ਖਾਸ ਨਹੀਂ। ਹਾਂ, ਕਿੰਨੂ ਅਸੀਂ ਵੇਚ ਲੈਂਦੇ ਹਾਂ ਅਤੇ ਆੜੂ ਵੀ ਥੋੜ੍ਹੇ ਘਣੇ ਐਤਕੀ ਵੇਚੇ ਅਸੀਂ, ਅਤੇ ਹਲੇ ਤਾਂ ਸਾਡੇ ਜੋਗਾ ਮਤਲਬ ਆਇਆ ਵੀ ਹੁਣ ਕਿੰਨੂਆਂ ਦੇ ਬੂਟੇ ਇੰਨੇ ਆ, ਇਹ ਕਿੰਨੂ ਆਪਣਾ ਨਾ ਡੇਢ ਡੇਢ ਮਹੀਨਾ ਖਰਾਬ ਨਹੀਂ ਹੁੰਦਾ, ਕਿਉਂਕਿ ਇਹਨੂੰ ਕੋਈ ਆਪਾਂ ਪੈਸਟੀਸਾਈਡ ਜਾਂ ਕੋਈ ਦੂਜੀ ਕੈਮੀਕਲ ਜਿਹੜੀ ਖਾਦ ਹੈ ਇਨਪੁੱਟ ਉਹ ਕੋਈ ਨਹੀਂ ਦੇਈਦੀ, ਸੋ ਪਿਓਰ ਨੈਚੁਰਲ ਹੈ, ਇਸ ਕਰਕੇ ਖਰਾਬ ਹੀ ਨਹੀਂ ਹੁੰਦਾ। ਤੁਸੀਂ ਦੂਜੇ ਕਿੰਨੂ ਲੈ ਆਓ, ਉਹ 5-7 ਦਿਨ ਤੁਸੀਂ ਰੱਖੋ ਤਾਂ ਖਰਾਬ ਹੋ ਜਾਂਦਾ, ਇਹਦੀ ਸ਼ੈਲਫ ਲਾਈਫ ਬਹੁਤ ਜ਼ਿਆਦਾ ਹੈ ਸਾਰੀਆਂ ਚੀਜ਼ਾਂ ਦੀ, ਠੀਕ ਹੈ, ਖਰਾਬ ਨਹੀਂ ਹੁੰਦੇ ਸਿਰ। ਗੰਨੇ ਦਾ ਅਸੀਂ ਗੁੜ ਅਤੇ ਸ਼ੱਕਰ ਬਣਾਉਂਦੇ ਹਾਂ, ਉਹ ਸੇਲ ਕਰਦੇ ਹਾਂ। ਜਿਵੇਂ ਹੁਣ ਆ ਮੱਕੀ ਹੈ, ਮੱਕੀ ਕੱਢਾਂਗੇ, ਉਹ ਲੋਕ ਮੱਕੀ ਵੀ ਲੈ ਜਾਂਦੇ, ਫਿਰ ਮੱਕੀ ਦਾ ਆਟਾ ਵੇਚਦੇ ਹਾਂ। ਇੱਕ ਮਲਟੀਗ੍ਰੇਨ ਆਟਾ ਬਣਾਉਂਦੇ ਹਾਂ, ਉਹਦੇ 'ਚ ਸਰਦੀਆਂ ਦੇ ਵਿੱਚ ਕਣਕ ਦੇ ਨਾਲ ਮੱਕੀ, ਛੋਲੇ, ਰਾਗੀ, ਉਹ ਜਿਹੜੀ ਉਹ ਫਿੰਗਰ ਮਿਲਟ ਕਹਿੰਦੇ ਉਹਨੂੰ, ਰਾਗੀ ਅਤੇ ਵਿੱਚ ਸੋਇਆਬੀਨ ਪਾ ਦੇਈ ਦੀ ਹੈ, ਕਦੇ ਜਾਂ ਮੂੰਗੀ ਪਾ ਦੇਈ ਦੀ ਹੈ ਪ੍ਰੋਟੀਨ ਵਾਸਤੇ, ਠੀਕ। ਉਹ ਅਸੀਂ ਅਤੇ ਗਰਮੀਆਂ ਦੇ ਵਿੱਚ ਅੱਜ ਕੱਲ੍ਹ ਜੌਂ ਹੁੰਦੇ ਆ ਨਾ ਬਾਰਲੇ, ਉਹ ਮੱਕੀ ਦੀ ਥਾਂ 'ਤੇ ਜੌਂ ਪਾ ਦੇਈਦੇ, ਜੌਂ ਦਾ ਆਟਾ। ਹਾਂ, ਮੱਕੀ ਦਾ ਆਟਾ ਸਾਡਾ ਵੈਸੇ ਵੇਚਦਾ, ਇਹ ਦੇਸੀ ਮੱਕੀ ਹੈ, ਇਹ ਬਤਾਲਣ ਇਹਦਾ ਨਾਂ ਹੈ, ਇਹਦੀ ਛੱਲੀ ਵੀ ਐਡੀ ਕੀ ਹੁੰਦੀ ਹੈ, ਦਾਣੇ ਵੀ ਛੋਟੇ ਹੁੰਦੇ ਆ, ਪਰ ਆਟਾ ਬਹੁਤ ਵਧੀਆ ਹੁੰਦਾ ਰੋਟੀ ਵਾਸਤੇ। ਉਹ ਮੈਂ ਆਪਣੀਆਂ ਦਾਲਾਂ ਜਿਹੜੀਆਂ ਉਹ ਬਹੁਤ ਟੇਸਟੀ ਬਣਦੀਆਂ, ਹੋਰ ਗਾਂਹ ਅੱਗੇ ਕਣਕ ਬੀਜਾਂਗੇ, ਸਰ੍ਹੋਂ ਬੀਜਾਂਗੇ, ਛੋਲੇ ਬੀਜਾਂਗੇ, ਜੌਂ ਬੀਜ ਦਿਆਂਗੇ, ਉਹ ਫਿਰ ਆਪਣਾ ਉਹ ਆਟੇ ਵਗੈਰਾ ਉਹ ਵਿਕਦੇ ਰਹਿੰਦਾ। ਫਰੂਟ ਅਸੀਂ ਹਲੇ ਖਾਸ ਕਰਦੇ, ਉਹ ਤਾਂ ਵੇਚਿਆ ਨਹੀਂ ਹੈ, ਆਪੇ ਖਾ ਖੂ ਲਈਦਾ। ਇਹ ਫਾਰਮ ਇਹ ਹੈ, ਇਹਦਾ ਸੈਟਅਪ ਜਿਹਾ ਹੋਇਆ ਹੋਇਆ, 100 ਫੁੱਟ 'ਤੇ ਅਸੀਂ ਸਾਰਾ ਕੁਛ ਕਰੀ ਜਾਂਦੇ ਹਾਂ। 100 ਫੁੱਟ ਕਿਉਂ ਅੰਕਲ ਡਿਸਾਈਡ ਕੀਤਾ? ਉਹੀ ਵੈਸੇ ਹੀ ਉੱਠਾ ਰੰਗ ਕਰਮ ਹੋ ਜਾਂਦੇ, ਉਹਦੇ ਨਾਲ ਸਾਈਜ਼ ਜਿਹਾ ਹੋ ਜਾਂਦਾ, ਕਿਉਂਕਿ ਉਹ ਫਿਰ ਨੇੜੇ ਬਹੁਤਾ ਹੋ ਜਾਂਦੇ, ਜੇ ਫਰੂਟ ਟ੍ਰੀ ਨੇੜੇ ਬਹੁਤੇ, ਹੁਣ ਟਰੈਕਟਰ ਟਰੂਕਟਰ ਵੀ ਨਹੀਂ ਘੁੰਮਦਾ ਅਤੇ ਫਿਰ ਉਹ ਚਲਾਉਣਾ ਔਖਾ, ਹੁਣ ਜਿਵੇਂ ਰੋਟਾਵੇਟਰ ਉੱਧਰ ਬਾਹਰ ਰਿਹਾ ਉਹ ਫਿਰ ਉਹ ਦਿੱਕਤ ਆਉਂਦੀ ਹੈ ਜੇ ਬਹੁਤਾ ਨੇੜੇ ਹੋ ਜਾਣ, ਉਹ 100 ਫੁੱਟ ਦਾ ਟੁਕਾ।